ਏ ਆਕਾਸ਼ਵਾਣੀ ਜੰਮੂ ਹੈ ਹੁਣ ਤੁਸੀਂ ਵਿਜੇ ਪਾਜਾਜ ਕੋਲੋਂ ਖਬਰਾਂ ਸੁਨੋ ਜੰਮੂ ਕਸ਼ਮੀਰ ਚ ਚਲਰਦੇ ਜ਼ਿਲ੍ਹਾ ਵਿਕਾਸ ਕਾਉਂਸਲ ਦੇ 8ਵੇਂ ਤੇ ਖੀਰੀਗੇਟ ਦੇ ਚੋਣਾਂ ਤੇ ਲੇ મતદાન ਪੂਰੀ ਚਲੀ ਰਮਾਨਦਾਰੀ ਤੇ ਬਵਸਥਾ ਲਟੰਗਾ ਸਰ ਜਾਰੀ ਹੈ ਜੰਮੂ ਪ੍ਰਾਂਤ ਅਚ ਜੜੀਆਂ ਸੀਟਾਂ ਲਈ ਵੋਟ ਪਵਾ ਕਰਦੇ ਨਾ ਉਹਦੇ ਚ ਜੰਮੂ ਜ਼ਿਲ੍ਹੇ ਚ ਖਾਵੜ ਸੰਭਾ ਜ਼ਿਲ੍ਹੇ ਚ ਸੰਭਾ ਏ ਤੇ ਸੰਭਾ ਵੀ ਕਠੂਆ ਜ਼ਿਲ੍ਹੇ ਚ ਕੀੜੀਆਂ ਗੰਡਿਆਲ ਉਦਮਪੁਰ ਚ ਰਾਮਨਗਰ 1 ਤੇ ਰਾਮਨਗਰ 2 ਕਸ਼ਤਵਾਰ ਚ ਤ੍ਰਿਗਾਮ ਤੇ ਕਸ਼ਤਵਾਰ ਡੋਡਾ ਚ ਅਸਰ ਰਾਂਬਨ ਚ ਰਾਜਗੜ੍ਹ ਰਿਆਸੀ ਚ ਰਿਆਸੀ ਜ਼ਿਲ੍ਹਾ ਵਿਕਾਸ ਕੌਂਸਲ ਹਲਕਾ ਰਾਜੌਰੀ ਚ ਦਰਾਲ ਤੇ ਸੁੰਦਰਬਨੀ ਤੇ ਪੁੰਛ ਜ਼ਿਲ੍ਹੇ ਚ ਮੇਂਡਰ ਸੀ ਤੇ ਮਨਕੋਟ ਸ਼ਾਮਲ ਨਾ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਚੋਣ ਕਮਿਸ਼ਨਰ ਕੇ ਕੇ ਸ਼ਰਮਾ ਹੋਰੇ ਜਾਣਕਾਰੀ ਦਿੱਤੀ ਹੈ ਜੇ ਚੋਣ ਦੇ 8ਵੇਂ ਤੇ ਖੀਰੀ ਗੇੜ ਜਿਹਦੇ ਤਹਿਤ ਅੱਜ ਵੋਟ ਪਾਏ ਜਾ ਕਰਦੇ ਨਾ ਇਹਦੇ ਤਹਿਤ ਕੁੱਲ 28 ਜ਼ਿਲ੍ਹਾ ਵਿਕਾਸ ਕੌਂਸਲ ਹਲਕੇ ਚ ਵੋਟ ਪਾਏ ਜਾ ਰਹੇ ਨੇ ਜਿੰਦੇ ਚ 13 ਹਲਕੇ ਕਸ਼ਮੀਰ ਤੇ 15 ਜੰਮੂ ਪ੍ਰਾਂਤਾਂ ਦੇ ਜਿਤੇ ਲਈ ਕੁੱਲ 168 ਮੇਦਵਾਰ ਚੋਣ ਮੈਦਾਨ ਚ ਨੇ ਇਤਿਹਾਸ ਤੇ ਪੰਚਾਇਤ ਦੀਆਂ 285 ਤੇ ਸਰਪੰਚੀਆਂ ਖਾਲੀ ਪਈਆਂ 85 ਸੀਟਾਂ ਲਈ ਉਪ ਚੋਣਾਂ ਤਹਿਤ ਅੱਜ ਵੋਟ ਪਾਇਆ ਜਾ ਰਿਹਾ ਦਿਨ ਕਸ਼ਮੀਰ ਕਾ ਟੀਚੇ ਕਰਵਾਇਆ ਜਾ ਰਿਹਾ ਇਸ ਗੇਟ ਦੇ ਚੋਣ ਚ ਖੜੋਤੇ ਦੇ ਕੁੱਲ 83 ਉਮੀਦਵਾਰ ਚੋਣ ਮੈਦਾਨ ਚ ਹਨ ਜਿnde ਚ 31 ਮਹਿਲਾ ਉਮੀਦਵਾਰ ਸ਼ਾਮਲ ਹਨ ਇਸੇ ਚਾਲੀ ਜੰਮੂ ਪ੍ਰਾਂਤ ਤੇ 15 ਹਲਕੇਾਂ ਲਈ ਖੜੋਤੇ ਦੇ ਕੁੱਲ 85 ਉਮੀਦਵਾਰਾਂ ਚ 15 ਮਹਿਲਾ ਉਮੀਦਵਾਰ ਹਨ ਕੇਕੇ ਸ਼ਰਮਾ ਅਤੇ ਬੀਦਸਿਆ ਜਿਸ ਖੀਰੀ ਗੇਟ ਤਹਿਤ ਵੋਟ ਪਾਣ ਦੇ ਅਕਦਾਰ ਮਤਦਾਤਾ ਦੀ ਗਿਣਤਰੀ 6,3443 ਹੈ ਜਿੰਦੇ ਚ 327168 ਮਰਦ ਤੇ 313275 ਮਹਿਲਾ ಮತਦਾਤਾਨ ਜਿੰਦੇ ਲਈ ਸਮੂਲਚੇ ਕੇਂਦਰ ਸ਼ਾਸਿਤ ਪ੍ਰਦੇਸ਼ ਤੇ ਬਖ ਬਖ ਹਲਕਿੰਚ 1733 મતદાન ਕੇਂਦਰ ਬਣਾਏ ਗਏ ਤੇ ਨਾ મતદાન ਦਾ ਕੰਮ ਅੱਜ ਬੜਲੇ 7 ਵਜੇ ਸ਼ੁਰੂ ਹੋਆ ਹਾਂ ਜਿਹੜਾ ਦੁਪਹਿਰੀ ਮਗਰਾਂ 2 ਵਜੇ ਤੱਕ ਚੱਲ ਜਾਰੀ ਰਹੂਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਯਾਂਖਿਆ ਜੇ ਪਾਰ ਦੇ ਕਰਸਾਨ ਪਛੜੇ ਪੰਦੀਆ ਲੱਚੇ ਹੋਰ ਮਤਾ ਨਹੀਂ ਰਹੀ ਸਕਦੇ ਨਾ ਵੀਡੀਓ ਕਾਨਫਰੰਸ ਦਰਾਂ ਹੈ ਕੱਲ ਮੱਧ ਪ੍ਰਦੇਸ਼ ਕਿਸਾਨ ਮਹਾ ਸੰਮੇਲਨ ਦੀ ਸੰਬੋਧਿਤ ਕਰਦੀ ਹੋਈ ਸ਼੍ਰੀ ਮੋਦੀਓ ਨੇ ਗਲਾਇਆ ਕਿ ਪਿਛਲੇ 6 ਬਰਾਂਚ ਉੰਦੀ ਸਰਕਾਰ ਨੇ ਕਿਸਾਨਾਂ ਦੀਆਂ ਜ਼ਰੂਰਤਾਂ ਕੀ ਧਿਆਨ ਚ ਰੱਖਦੀ ਹੋਈ ਸਖਤ ਮਿਹਨਤ ਕਰਨ ਕੰਮ ਕੀਤਾ ਹੈ। ਉਹਨੇ ਗਲਾਇਆ ਕਿ ਭਾਰਤ ਨੇ ਪਿਛਲੇ 5-7 ਬਰਾਂਚ ਰਾਈ ਭਾਈ ਕੀ ਆਧੁਨਿਕ ਬਣਾਣ ਦੀ ਦਿਸ਼ਾ ਚ ਜਿਹੜਾ ਕੰਮ ਕੀਤਾ ਹੈ ਉਹਦੇ ਬਾਰੇ ਅੱਜ ਸਮੁੱਚੀ ਦੁਨੀਆ ਚ ਚਰਚਾ ਹੋਆ ਕਰਤੀ ਹੈ। ਸ਼੍ਰੀ ਮੋਦੀਓ ਨੇ ਗਲਾਇਆ ਕਿ ਸਰਕਾਰ ਨੇ ਮੁਲਕ ਦੇ ਹਰ ਇੱਕ ਕਿਸਾਨ ਲਈ ਕਿਸਾਨ ਕ੍ਰੈਡਿਟ ਕਾਰਡ ਦੀ ਸੌਲਤਾ ਵਿਸਤਾਰ ਕੀਤਾ ਹੈ ਤਾਂ ਕਿ ਕਿਸਾਨਾਂ ਦੀ ਸਖਲਲੇ ਦੁਆਰ ਕਰਜ਼ੇ ਦੀ ਸਹੂਲਤ ਆਸ ਲੋਈ ਸਕੇ ਵਿਰੋਧੀ ਪਾਰਟੀਆਂ ਦੀ ਜ਼ਬਰਦਸਤ ਫਟਕਾਰ ਲਾਂਦੀ ਹੋਈ ਪ੍ਰਧਾਨ ਮੰਤਰੀ ਮੋਦੀ ਉਰੇ ਗਲਾਇਆ ਜੇ ਵਿਰੋਧੀ ਪਾਰਟੀਆਂ ਆਪਣੀ ਸਿਆਸਤ ਵਾਸਤੇ ਕਰਸਾਨੇ ਦਾ ਇਸਤੇਮਾਲ ਕਰਾ ਕਰਦੀਆਂ ਸਿਹਤ ਮੰਤਰਾਲੇ ਨੇ ਆਖਿਆ ਜੇ ਕੋਵਿਡ-19 ਦਾ ਟੀਕਾ ਕਿਸੇ ਵੀ ਮਾਨੂਏਗੀ ਉਹਦੀ ਆਪਣੀ ਮਰਜ਼ੀ ਮੁਜਬ ਗਲਾਇਆ ਜਾਗ ਹਾਲਾਂਕਿ ਮੰਤਰਾਲੇ ਨੇ ਸਾਫ ਕੀਤਾ ਹੈ ਜੇ ਕਿਸੇ ਕੀ ਪਹਿਲੇ ਕੋਵਿਡ ਸੰਕਰਮਣ ਉਹ ਆਇਆ ਜਾਂ ਨਹੀਂ ਇਹਦੇ ਬਾਵਜੂਦ ਕੋਵਿਡ ਵੈਕਸੀਨ ਲੈਤੀ ਜਾਣੀ ਲੋੜ ਚ ਦਿਖਿਆ ਕਿ ਜੇ ਇਹਦੇ ਥਾਂ ਰੋਗੇ ਸਵਾ ਬਚਾ ਲਈ ਸਮਰਥ ਮਜ਼ਬੂਤ ਹੋਗ ਕੋਵਿਡ ਸਰबंदी ਸੰਭਾਵਿਤ ਸਵਾਲਾਂ ਦੇ ਪਰਤਿਆਂ ਲਈ ਸ਼੍ਰੰਖਲਾ ਚ ਮੰਤਰਾਲੇ ਨੇ ਆਖਿਆ ਹੈ ਜੇ ਭਾਰਤ ਚ ਵਿਕਸਿਤ ਹੋਣ ਵਾਲੀ ਕੋਵਿਡ ਵੈਕਸੀਨ ਹੋਰ ਨੇ ਮੁਲਕਾਂ ਚ ਵਿਕਸਿਤ ਵੈਕਸੀਨ ਵਾਲਾ ਲੇਖਾ ਗਿਆ ਸਰਦਾਰ ਰੋਗ ਮੰਤਰਾਲੇ ਨੇ ਆਖਿਆ ਜੇ ਪਹਿਲੇ ਚਰਨ ਚ ਕੋਵਿਡ ਵੈਕਸੀਨ ਕਿਸ ਚੋਣ ਮੇ ਪ੍ਰਾਥਮਿਕਤਾ ਦੇ ਸਮੂਹਾਂ ਗੀ ਗੱਦੀ ਦਿੱਤੀ ਜਾਗ ਕਿ ਜੇ ਉਹਨਦੇ ਉਪਰ ਕੋਵਿਡ ਦਾ ਮਤਾ ਖਤਰਾ ਹੈ ਵੈਕਸੀਨ ਦਾ ਖੀਰੀ ਪਰਿਕਸ਼ਨ ਬਾਕ-ਬਾਕ ਚਰਨ ਚ ਅਤੇ ਸਰਕਾਰੀ ਵੈਕਸੀਨ ਦੀ ਖੁਰਾਕ ਲੋਕਾਂ ਕੀ ਤੌਲੇ ਦੇਣ ਦੀ ਤਿਆਰੀ ਕਰਾ ਕਰਦੀ ਹੈ ਕੋਵਿਡ ਟੀਕਾ ਕਰਨ ਦੇ ਸ਼ੁਰੂਆਤੀ ਚਰਨ 'ਚ ਕੋਵਿਡ-19 ਦੇ ਟੀਕੇ ਸਿਹਤ ਕਰਮੀਆਂ ਤੇ ਸਬਨੇਸ਼ਾ ਅੱਗੇ ਹੋਈ ਹੈ ਕਰੋਨਾ ਵਾਇਰਸ ਖਿਲਾਫ ਲੜਾਈ ਲੜਰਦੇ ਕਰੋਨਾ ਯੁੱਧਾਂ ਇਹ ਗਿਲਾਇ ਚਾਂਗਣ ਇਤਲਾਵਾ ਟੀਕੇ ਦੀ ਉਪਲਬਧਤਾ ਦੇ ਆਧਾਰ ਉੱਪਰ 50 ਕੁਲਾ ਮਤੀ ਉਮਰੀਆਲੇ ਲੋਕਾਂ ਤੇ 50 ਥਮਾ ਕਾ ਟੁਮਰੀਆਲੇ ਓਕੜੇ ਲੋਕਾਂ ਗੀ ਇਹ ਟੀਕਾ ਲਾਇਆ ਜਾਗ ਜਿਹੜੇ ਪਹਿਲੇ ਥਮਾ ਗਏ ਕੁਸੇ ਬਿਮਾਰੀ ਸ਼ਗ੍ਰਸਤਨ ਸਿਹਤ ਮੰਤਰਾਲੇ ਨੇ ਸਾਫ ਕੀਤਾ ਜੇ ਕੋਵਿਡ-19 ਦਾ ਟੀਕਾ ਲਗਵਾਣਾ ਕੁਸੇ ਮਾਨੂਏ ਦੀ ਆਪਣੀ ਮਰਜ਼ੀ ਮੁਤਾਬਕ ਹੋਗ ਹਾਲਾਂਕਿ ਮੰਤਰਾਲੇ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਕੁਸੇ ਵੀ ਮਾਨੂਏਗੀ ਬਿਮਾਰੀ ਤੋਂ ਸੁਰੱਖਿਆ ਹਾਸਲ ਕਰਨੇ ਆਸਤੇ ਟੀਕਾ ਜ਼ਰੂਰ ਲਗਵਾਉਣਾ ਚਾਹੀਦਾ ਜੰਮੂ ਕਸ਼ਮੀਰ ਚ ਕੱਲ ਨੋਵਲ ਕੋਰੋਨਾ ਵਾਇਰਸ ਦੇ 388 ਨਵੇਂ ਮਾਮਲੇ ਸਾਹਮਣੇ ਆਏ ਹਨ ਇੰਦੇ ਚ 163 ਜੰਮੂ ਖਿੱਤੇ ਥਮਾ ਤੇ 225 ਕਸ਼ਮੀਰ ਖਿੱਤੇ ਥਮਾ ਹਨ ਇਨੇ ਨਵੇਂ ਮਾਮਲਿਆਂ ਦੇ ਸਾਹਮਣੇ ਆਉਣੇ ਮਗਰੋਂ ਜੰਮੂ ਕਸ਼ਮੀਰ ਚ ਕਰੋਨਾ ਦੇ ਕੁੱਲ ਤਸਦੀਕ شدہ ਮਾਮਲਿਆਂ ਦੀ ਗਿਣਤਰੀ ਵਧੀ ਹੈ 117705 ਤੱਕ ਰਜਾਈਪੂਜੀ ਹੈ ਕਰੋਨਾ ਵਾਇਰਸ ਕਾਰਨ ਜੰਮੂ ਕਸ਼ਮੀਰ ਚ ਕੱਲ 7 ਜਣੇ ਦੀ ਮੌਤ ਵੀ ਹੋਈ ਹੈ ਮਰੋਨੀ ਵਾਲਿਆਂ ਚ 4 ਜਣੇ ਜੰਮੂ ਖਿੱਤੇ ਦੇ ਜਿਸ ਲਈ ਕਿ 3 ਜਣੇ ਕਸ਼ਮੀਰ ਖਿੱਤੇ ਦੇ ਰੋਣੀ ਵਾਲੇ ਹੀ ਕੇਂਦਰ ਸ਼ਾਸਿਤ ਪ੍ਰਦੇਸ਼ ਅਸਤਰ ਦਾ 3 ਦਿਨਾਂ ਦਾ ਕਲਾਉਤਸਵ 2020 ਕਲ ਜੰਮੂ ਦੇ ਗਾਂਧੀ ਨਗਰ ਵਾਲੇ ਟੀਚਰਸ ਭਵੰਦੇ ਆਡੀਟੋਰੀਅਮ ਚ ਸੰਪੰਨ ਹੋਇਆ ਜੰਮੂ ਕਸ਼ਮੀਰ ਦੇ ਬਕਬਕ ਇਲਾਕੇ ਥਮਾ ਵਿਦਿਆਰਥਣੀਆਂ ਤੇ ਅਧਿਆਪਕਾਂ ਦੇ ਚ ਸਾਲਾਤਾ ਕਲਾ ਦੇ ਵੱਖ-ਵੱਖ ਖੇਤਰਾਂ 'ਚ ਅਵਲ ਥਾਰਾ ਹਾਸਲ ਕਰਨ ਵਾਲੇ ਕਿਸ਼ ਵਿਦਿਆਰਥੀਆਂ ਆਪਣੀ ਕਲਾ ਦੇ ਸ਼ਾਨਦਾਰ ਪ੍ਰਦਰਸ਼ਨ ਕਰਨੇ ਇਸ ਮੌਕੇ ਮੌਜੂਦ ਦਰਸ਼ਕਾਂ ਦਾ ਮਨੋਰੰਜਨ ਵੀ ਕੀਤਾ ਜੰਮੂ ਕਸ਼ਮੀਰ ਸਮਗਰ ਸਿੱਖਿਆ ਦੇ ਪ੍ਰੋਜੈਕਟ ਡਾਇਰੈਕਟਰ ਡਾਕਟਰ ਅਰੁਣ ਮਨਾਸੂ ਨੇ ਆਪਣੇ ਸਵਾਗਤੀ ਭਾਸ਼ਣ 'ਚ ਸੰਸਥਾਗਤ ਸਤਾ ਉੱਪਰ ਪੜ੍ਹਾਈ 'ਚ ਕਲਾ ਦੀ ਸ਼ਾਮਲ ਕਰਨ ਦੀ ਜ਼ਰੂਰਤਾ 'ਤੇ ਜ਼ੋਰ ਪਾਇਆ ਮੌਜੂਦਾ ਸਮੇਂ 'ਚ ਕਲਾ ਦੇ ਮਹੱਤਵ ਉੱਪਰ ਲੋਪ ਆਂਦੀ ਹੋਈ ਡਾਕਟਰ ਮਨਾਸੂ ਨੇ ਕਲਾ ਦੇ ਖੇਤਰ 'ਚ ਕਾਬਿਲ ਨੌਜਵਾਨਾਂ ਦੀ ਅਗਿਆਨਨਿਆਸਤੇ ਇੱਕ ਖਾਸ ਅਭਿਆਨ ਚਲਾਉਣ ਦੀ ਜ਼ਰੂਰਤਾ 'ਤੇ ਵੀ ਜ਼ੋਰ ਪਾਇਆ ਇਹ ਦੇਖਣਿਆ ਗਿਆ ਖਬਰਿੰਦਾ ਇਹ ਬੁਲੇਟਿਨ ਸਮਾਪਤ ਹੋਇਆ